ਵਾਹਿਗੁਰੂ ਨੇ ਮਾਲਕਾ ਤੰਦਰੁਸਤੀ ਬਖਸ਼ੀ ਸੱਚੇ ਪਾਤਸ਼ਾਹ ਸਭ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ ਸੱਚੇ ਸਤਿਗੁਰੂ ਜੀ ਵਾਹਿਗੁਰੂ। ਹਾਂਜੀ ਟਾਈਮ 5:30 ਹੋ ਗਏ, ਹਜੇ ਮੈਂ ਕੋਈ ਬਾਰ ਬੂਰ ਨਹੀਂ ਖੋਲ੍ਹੇਗਾ, ਇੱਧਰ ਰਸੋਈ ਵੀ ਨਹੀਂ ਖੋਲ੍ਹੀ ਗਈ ਅਤੇ ਮੈਂ ਗ੍ਰੇਸੀ ਨੂੰ ਬਾਹਰ ਕੱਢ ਕੇ ਆਈ ਹੈਗੀ, ਉਹ ਬੈਠੀ ਹੈ। ਹੁਣ ਮੈਂ ਲਾਉਂਗੀ ਪਹਿਲਾਂ ਫੋਨ ਚਾਰਜ 'ਤੇ। ਦਹੀਂ ਵੀ ਐਂ ਜਮਾਉਣੀ ਪੈਂਦੀ, ਨਹੀਂ ਤਾਂ ਕੀੜੀਆਂ ਚੜ ਜਾਂਦੀਆਂ। ਆ ਨਦੀ ਦੇ ਡੈਡੀ ਰਾਤ ਭਿਉਂਕ ਗਏ ਸੀਗੇ, ਮੈਂ ਭੁੱਲ ਗਈ ਸੀਗੀ, ਪਹਿਲਾਂ ਬੜਾ ਹੋ ਗਿਆ ਚਾਹ। ਦਹੀਂ ਖਾਂਦੇ ਆ ਨਦੀ ਦੇ ਡੈਡੀ ਸੁਬਹਾ ਸੁਬਹਾ, ਔਰ ਵੀ ਆਪਣੇ ਮਾੜੀ ਸੰਭਾਲ ਲਈ ਇਹਨੂੰ ਬਾਹਰ ਤੋਂ ਮੈਂ ਰੱਖ ਲੂੰਗੀ ਫਰਿੱਜ 'ਚ, ਅਤੇ ਨਾ ਹੀ ਮੈਂ ਕਦੇ ਆਟੇ 'ਚ ਰੱਖੀ ਹੈਗੀ, ਬਸ ਇੱਥੇ ਹੀ ਰੱਖ ਦੇਣੀ ਹੈਗੀ। ਹੁਣ ਜਦੋਂ ਠੰਡ ਹੋ ਗਈ ਉਦੋਂ ਫਿਰ ਕੱਪੜਾ ਲਪੇਟ ਕੇ ਰੱਖਿਆ ਕਰਾਂਗੇ। ਦੇਖੋ ਕਿੰਨੀ ਵਧੀਆ ਦਹੀਂ ਜੰਮੀ ਆਪਣੀ। ਹਾਂਜੀ, ਕਾਲਾ ਨਮਕ, ਕਾਲੀ ਮਿਰਚ ਅਤੇ ਜੀਰਾ ਅਤੇ ਜਮੈਣ, ਇਹਦਾ ਆਪਣੇ ਪਾਊਡਰ ਬਣਾ ਕੇ ਰੱਖਿਆ ਹੈਗਾ, ਇਹ ਵਾਲਾ ਪਾ ਲਿਆ ਇਹਦੇ ਵਿੱਚ ਦਹੀਂ 'ਚ, ਅਤੇ ਬਾਕੀ ਆਪਾਂ ਢੱਕ ਕੇ ਰੱਖ ਦੇ ਦੇ, ਅਤੇ ਉਹ ਵੀ ਮੈਂ ਧੋ ਕੇ ਮਾੜੇ ਜੇ ਅਤੇ ਵਿੱਚ ਫਰਿੱਜ 'ਤੇ ਲਾ ਦੂੰਗੀ, ਬਾਅਦ 'ਚ ਖਾ ਲੈਣਗੇ। ਅਤੇ ਹੁਣ ਮੈਂ ਫੇਰ ਬਣਾਊਂਗੀ ਚਾਹ, ਪਹਿਲਾਂ ਆਪਾਂ ਫੜਾ ਕੇ ਆਵਾਂਗੇ ਨਵੀਂ ਦੇ ਡੈਡੀ ਨੂੰ ਦਹੀਂ। ਨਵੀਂ ਦੇ ਡੈਡੀ ਨੂੰ ਮੈਂ ਫੜਾ ਆਈ ਦਹੀਂ, ਤੁਹਾਨੂੰ ਦੁੱਧ ਦਿਖਾਉਂਦੇ ਹੈਗੇ, ਨਾਲੇ ਆਪਾਂ ਡੈਡੀ 'ਚ ਲੈ ਕੇ ਆਉਂਦੇ ਹੈਗੇ। ਮੈਂ ਕਮਰੇ 'ਚ ਹੀ ਰੱਖ ਲੈਂਦੀ ਹੁੰਦੀ ਟੇਬਲ ਦੇ ਅੰਦਰ, ਕਿਉਂਕਿ ਥੋੜ੍ਹਾ ਜਿਹਾ ਤੱਤਾ ਹੁੰਦਾ ਹੈਗਾ, ਅਤੇ ਬਾਅਦ ਵਿੱਚ ਮੈਂ ਫਰਿੱਜ 'ਚ ਰੱਖ ਦੂੰਗੀ ਅਤੇ ਆਪਣੀ ਜਿਹੜੀ ਮਲਾਈ ਵਧੀਆ ਲੈ ਲੈਂਦੀ ਸੀਗੀ। ਆ ਦੇਖੋ ਘਿਓ ਆਪਣਾ ਜੰਮ ਗਿਆ, ਅਤੇ ਇਹਨੂੰ ਵੀ ਮੈਂ ਗਰਮ ਧਰ ਦੂੰਗੀ। ਵਿਆਹ ਵਿੱਚ ਤਾਂ ਇੱਕ ਹੱਥ ਨਾਲ ਵੀਡੀਓ ਬਣਾਉਣੀ ਔਖੀ ਹੈਗੀ, ਅਤੇ ਹੁਣ ਜਿਹੜਾ ਇਹਦੇ ਥੱਲੇ ਰਹਿ ਗਿਆ ਨਾ ਦੁੱਧ ਜਿਹਾ, ਚੱਲ ਲੱਸੀ ਨਿਕਲ ਜੂਗੀ, ਜੰਮਿਆ ਪਿਆ ਸੀ ਆਹ ਦੇਖੋ ਨਾ ਲੱਸੀ ਨਿਕਲ ਜੂਗੀ, ਅਤੇ ਇਹਨੂੰ ਮੈਂ ਆਪਾਂ ਡੋਲ ਦਾਂਗੇ ਲੱਸੀ ਨੂੰ ਅਤੇ ਘਿਓ ਕਰ ਲਾਂਗੇ ਗਰਮ ਆਪਣਾ। ਹਾਂਜੀ ਆਹ ਦੇਖੋ, ਆਹ ਮੈਂ ਲੱਸੀ ਜੀ ਡੋਲਤੀ, ਅਤੇ ਹੁਣ ਇਹਦੇ ਵਿੱਚ ਇਕੱਲਾ ਘਿਓ ਹੀ ਰਹਿ ਗਿਆ, ਇਹਨੂੰ ਮੈਂ ਕਰ ਦੂੰਗੀ ਗਰਮ, ਹੁਣ ਧਰ ਦੂੰਗੀ ਅਤੇ ਚਾਹ ਪੀ ਕੇ ਆਪਾਂ ਮਾਰਾਂਗੇ ਬਾਹਰ ਝਾੜੂ। ਫੋਨ ਮੈਂ ਲਾਉਂਗੀ ਦੁਬਾਰਾ ਫਿਰ ਚਾਰਜ 'ਤੇ, ਕਿਉਂਕਿ ਮੈਂ ਰਾਤ ਨੂੰ ਉਂਗਲ ਲਾ ਕੇ ਪੈਂਦੀ ਗਈ, ਸੁਬਹਾ ਲਾਉਂਦੀ ਮੈਂ ਚਾਰਜਰ, ਅਤੇ ਚਾਹ ਵੀ ਆਪਣੀ ਬਣ ਗਈ। ਜੇ ਇੱਧਰ ਆਪਾਂ ਚੌਲਾਂ ਨੂੰ ਲਾਈ ਜਾਂਦੇ ਸੀਗੇ ਤੜਕਾ, ਮੈਂ ਵੀ ਇਹਨੂੰ ਚੌਲ ਬਣਾ ਕੇ ਦਿੰਦੇ ਹੈਗੇ, ਅਤੇ ਇੱਧਰ ਆਪਾਂ ਨੇ ਦਾਲ ਗਰਮ ਧਰਤੀ, ਅਤੇ ਆਪਣਾ ਜਿਹੜਾ ਘਿਓ ਸੀ ਉਹ ਵੀ ਬਣ ਗਿਆ। ਹਾਂਜੀ ਆਪਣੇ ਚੌਲ ਵੀ ਇਹ ਜਿਹੜੇ ਬਣ ਕੇ ਤਿਆਰ ਹੋ ਗਏ। ਭਾਂਡੇ ਵੀ ਮੇਰੇ ਹਜੇ ਧੋਣ ਵਾਲੇ ਪਏ ਹੈਗੇ, ਕਿਉਂਕਿ ਕੋਈ ਆ ਗਿਆ ਸੀ ਸੁਬਹਾ,
ਚਾਲ ਸਾਡੇ ਪਏ ਅਤੇ ਚਾਲ ਹੀ ਆ ਅਤੇ ਨਵੀਂ ਦੀਆਂ ਗੁੱਤਾਂ ਮੈਂ ਕਰਤੀਆਂ ਨਵੀਂ ਦੀਆਂ ਗੁੱਤਾਂ ਕਰਤੀ ਨਵੀਂ ਤਿਆਰ ਹੋਈ ਜਾਂਦੀ ਹੈ ਹਜੇ ਗ੍ਰੇਸੀ ਹੋ ਬੈਠੀ ਅੱਜ ਬਾਹਰ ਮੌਸਮ ਨਾ ਬਾਹਲਾ ਵਧੀਆ ਹੋਇਆ ਪਿਆ ਅਤੇ ਇੱਥੇ ਬਹਿ ਕੇ ਮੈਂ ਗੁੱਤਾਂ ਕੀਤੀਆਂ ਸੀ ਨਵੀਂ ਦੀਆਂ ਅਤੇ ਇੱਧਰ ਆਹ ਨਵੀਂ ਦੇ ਡੈਡੀ ਗੇਂਦੇ ਲੈ ਕੇ ਆਏ ਸੀਗੇ ਅਤੇ ਉਹਨਾਂ ਨੇ ਗੇਂਦੇ ਲਾ ਤੇ ਸੀਗੇ ਸੁਬਹਾ ਜਲਦੀ ਉੱਠ ਕੇ ਗ੍ਰੀਚੀ ਦਾ ਡੈਡੀ ਹੈ ਡੈਡੀ ਕਿੱਥੇ ਆ ਗ੍ਰੀਚੀ ਦਾ ਡੈਡੀ ਹੈ ਤੀਰਾ ਡੈਡੀ ਸੀ ਹੈ ਅਤੇ ਬਾਕੀ ਕੰਬਲ ਮੈਂ ਇੱਧਰ ਚੱਕਤੇ ਸੀਗੇ ਅਤੇ ਆਹ ਨਵੀਂ ਦੇ ਡੈਡੀ ਨੇ ਸੋਫਾ ਹੁਣ ਕੀਤਾ ਹੁਣ ਇਹ ਰਹਿੰਦਾ ਸੀਗਾ ਰਾਤ ਮੈਂ ਇੱਧਰ ਪਈ ਸੀਗੀ ਮੈਨੂੰ ਠੰਡ ਲੱਗਦੀ ਸੀਗੀ ਇਸ 'ਚ ਫਿਰ ਮੈਂ ਇੱਧਰ ਆ ਕੇ ਪੈ ਗਈ ਹਾਂਜੀ ਆ ਗਈ ਸੀਗੀ ਮੈਂ ਆਂਗਣਵਾੜੀ ਤੋਂ ਘਰੇ ਅਤੇ ਕੰਮ ਕਰਨ ਦਾ ਜੀ ਨਹੀਂ ਕਰਦਾ ਕੰਮ ਤਾਂ ਬਸ ਇਕੱਲਾ ਝਾੜੂ ਪੋਚਾ ਹੀ ਹੈਗਾ ਕੱਪੜੇ ਮੈਂ ਸ਼ਾਮ ਨੂੰ 3 ਵਜੇ ਧੋਊਂਗੀ ਥੋੜ੍ਹੇ ਹੀ ਆ ਕੱਪੜੇ ਵੀ ਅਤੇ ਨੱਕ ਬੰਦ ਹੋਇਆ ਪਿਆ ਮੇਰਾ ਦਵਾਈ ਅੱਜ ਮੈਂ ਲੈਣੀ ਭੁੱਲ ਗਈ ਅਤੇ ਲੈ ਕੇ ਨਹੀਂ ਗਈ ਆਂਗਣਵਾੜੀ 'ਚ ਜਾਂਦੀ ਕਾਲ 'ਚ ਅਤੇ ਹੁਣ ਮੈਂ ਕਿਹਾ ਚੱਲ ਮੈਂ ਲੈ ਲੂੰਗੀ ਦਵਾਈ ਮੈਂ ਦਵਾਈ ਲੈ ਕੇ ਨੀਂਦ ਆਉਣ ਲੱਗ ਜਾਂਦੀ ਹੈ ਮੈਂ ਕਿਹਾ ਕਿਤੇ ਸੁੱਤੀ ਨਾ ਰਵਾਂ ਨਵੀਂ ਨੂੰ ਵੀ ਲੈ ਕੇ ਆਉਣਾ ਹੋਊਗਾ ਫੋਨ ਕਰਨਾ ਗਾ ਮੈਂ ਨਵੀਂ ਨੂੰ ਤਾਂ ਨਵੀਂ ਦੇ ਡੈਡੀ ਲੈ ਕੇ ਆਉਣਗੇ ਕਿਉਂਕਿ ਅੱਜ ਸਕੂਟਰੀ ਲੈ ਗਿਆ ਉਹ ਤੇਲ ਪਵਾ ਕੇ ਲੈ ਕੇ ਆਉਣ ਵਾਲਾ ਸੀਗਾ ਅਤੇ ਜਿਹੜੇ ਅੱਜ ਆਪਾਂ ਨੇ ਚੌਲ ਬਣਾਏ ਸੀ ਬਹੁਤ ਜ਼ਿਆਦਾ ਸਵਾਦ ਸੀ ਨਵੀਂ ਆਪਦੀਆਂ ਸਹੇਲੀਆਂ ਵਾਸਤੇ ਵੀ ਲੈ ਕੇ ਗਈ ਹੈਗੀ ਮੈਂ ਵੱਧ ਪਾਤੇ ਸੀਗੇ ਅਤੇ ਮੈਂ ਚੱਲ ਤੂੰ ਲੈ ਜਾ ਚੱਲ ਅਤੇ ਮੈਂ ਸਾਰਿਆਂ ਨੂੰ ਚਮਚਾ ਹੀ ਦੇ ਦੀ ਪਹਿਲਾਂ ਦੀ ਅਤੇ ਨਵੀਂ ਅੱਜ ਖਾ ਕੇ ਵੀ ਗਈ ਉਹਨੇ ਦਹੀਂ ਨਾਲ ਖਾਧੇ ਆ ਮੈਂ ਅਤੇ ਨਵੀਂ ਦੇ ਡੈਡੀ ਨੇ ਖਾਧੇ ਹੈਗੇ ਦਾਲ ਨਾਲ ਅਤੇ ਦਹੀਂ ਨਾਲ ਅਤੇ ਮੈਨੂੰ ਰੇਸ਼ਾ ਵੀ ਲੱਗਿਆ ਸੀ ਪਰ ਮੈਂ ਖਾ ਗਈ ਮੈਂ ਕੁਛ ਨਹੀਂ ਹੁੰਦਾ ਰੋਟੀ ਮੈਂ ਬਣਾਈ ਨਹੀਂ ਸੀ ਹੁਣ ਮੈਂ ਦੁਪਹਿਰੇ ਜੇ ਕਿਸੇ ਨੇ ਖਾਣੀ ਹੋਈ ਤਾਂ ਮੈਂ ਬਣਾ ਦੂੰਗੀ ਬੈੱਡ ਦੀ ਚਾਦਰ ਤਾਂ ਮੈਂ ਸੁਬਹ ਹੀ ਕਰ ਗਈ ਸੀ ਠੀਕ ਊਂ ਇੰਨਾ ਵੀ ਗੰਦਾ ਜਿਹਾ ਤਾਂ ਹੈ ਨਹੀਂ ਮੈਨੂੰ ਤਾਂ ਪਤਾ ਨਹੀਂ ਕਿਉਂ ਇਹੋ ਜਿਹੀ ਆਦਤ ਹੀ ਪਈ ਵੀ ਹੈ ਸਾਫ਼ ਸਾਫ਼ ਰੱਖਣ ਦੀ ਵੀ ਸਾਫ਼ ਰੱਖਾਂ ਅਤੇ ਗਰੀਚੀ ਆ ਪਈ ਹੈ ਮੇਰੇ ਕੋਲ ਇਹਨੂੰ ਮੈਂ ਬਾਹਰ ਕੱਢਤਾ ਸੀ ਜਦੋਂ ਮੈਂ ਆਈ ਹੈਗੀ ਅਤੇ ਉਹ ਬਾਥਰੂਮ ਕਰਕੇ ਵੈਸੇ ਇਹ ਅੰਦਰ ਆ ਕੇ ਫਿਰ ਪੈ ਗਈ ਮੈਂ ਉੱਨ ਕੇ ਰੱਖ ਗਈ ਅਤੇ ਜਦੋਂ ਲੋੜ ਹੋਈ ਰੋਟੀ ਲਾ ਲਾਂਗੀ ਇੱਕ ਅੱਧੀ ਅਤੇ ਆਹ ਮੇਰੇ ਰੋਟੀ ਵਾਲੇ ਭਾਂਡੇ ਜਿਹੜੇ ਸੁਬਹਾ ਬਾਅਦ 'ਚ ਮਤਲਬ ਚੌਲ ਖਾ ਕੇ ਗਏ ਸੀ ਉਹ ਵਾਲੇ ਪਏ ਹੈਗੇ ਅਤੇ ਆਹ ਧਾਮਾ ਮੈਂ ਹੁਣ ਉਹ ਕੀਤਾ ਗਾ ਅਤੇ ਆਹ ਚੌਲ ਵਾਲੀ ਪਤੀਲੀ ਅਤੇ ਦੇਖੋ ਕੂੜਾ ਲੂਣ ਜੇ ਹੈਗੇ ਕੁਛ ਬਾਲ ਹੈਗੇ ਸਰਸੁਰ ਬਾਹੁੰਦੇ ਹੈਗੇ ਬਾਹੁੰਦੇ ਤਾਂ ਅਸੀਂ ਬਾਹਰ ਹਾਂ ਫਿਰ ਵੀ ਪਤਾ ਨਹੀਂ ਅੰਦਰੋਂ ਕਿਵੇਂ ਨਿਕਲੇ ਹੁੰਦੇ ਅਤੇ ਆਹ ਸਾਰੇ ਕਮਰੇ ਆਉਂਦਾ ਕੂੜਾ ਅਤੇ ਰਸੋਈ ਦਾ ਸਾਰਾ ਦੇਖ ਲਓ ਇੰਨਾ ਨਿਕਲਿਆ ਹਾਂਜੀ ਦੇਖੋ ਏ ਸੀ ਦਾ ਪਾਣੀ ਪਾ ਲਿਆ ਆਪਾਂ ਨੇ ਅਤੇ ਫਰਨੈਲ ਪਾ ਲਈ ਆਪਾਂ ਨੇ ਪਿੰਕ ਜੀ ਜਿਹੜੀ ਹੁੰਦੀ ਹੈਗੀ ਲਾਈਟ ਅਤੇ ਹੁਣ ਮੈਂ ਲਾਉਂਗੀ ਪੋਚਾ ਏ ਸੀ ਦਾ ਪਾਣੀ ਜਿਹੜਾ ਡਿੱਗਦਾ ਨਾ ਉਹ ਅਸੀਂ ਬਾਥਰੂਮ 'ਚ ਵੀ ਵਰਤ ਲੈਂਦੇ ਹਾਂ ਅਤੇ ਮੈਂ ਕੱਪੜੇ ਜਦੋਂ ਧੋਨੀ ਹੈਗੀ ਉਦੋਂ ਵੀ ਮੈਂ ਟੱਬ ਲਾ ਦਿੰਦੀ ਹੁੰਦੀ ਹਾਂ ਅਤੇ ਉਹਨਾਂ 'ਚ ਪਾ ਲੈਂਦੀ ਹੈਗੀ ਪਾਣੀ ਅਤੇ ਵਧੀਆ ਨੋਰਮਲ ਜਿਹਾ ਹੋ ਜਾਂਦਾ ਗਾ ਟੂਟੀ ਦਾ ਪਾਣੀ ਥੋੜ੍ਹਾ ਜਿਹਾ ਨਿੱਘਾ ਹੁੰਦਾ ਗਾ ਕਿਉਂਕਿ ਧੁੱਪ ਲੱਗਦੀ ਸਾਰਾ ਦਿਨ ਗਰਮੈਸ਼ ਨਾਲ ਗਰਮ ਜਿਹਾ ਹੋ ਜਾਂਦਾ ਅਤੇ ਵਿੱਚ ਠੰਡਾ ਪਾ ਲਈਦਾ ਅਤੇ ਇਹਦੇ ਨਾਲ ਹੀ ਮੈਂ ਮਤਲਬ ਵੀ ਪੋਚਾ ਲਾਉਂਦੀ ਹੈਗੀ ਕਦੇ ਨਹੀਂ ਮੈਂ ਟੂਟੀ ਦਾ ਪਾਣੀ ਲਿਆ ਗਾ ਇਹਦੇ ਨਾਲ ਹੀ ਲਾਉਂਦੀ ਹਾਂ ਅਤੇ ਤੁਸੀਂ ਵੀ ਐਵੇਂ ਡੋਲਿਆ ਨਾ ਕਰੋ ਜਿਨ੍ਹਾਂ ਦੇ ਵੀ ਏ ਸੀ ਲੱਗੇ ਹੈਗੇ ਅਤੇ ਇਹ ਪਾਣੀ ਬਹੁਤ ਕੰਮ ਆਉਂਦਾ ਗਾ ਆਪਣੇ ਤੁਸੀਂ ਬੂਟਿਆਂ 'ਚ ਵੀ ਪਾ ਸਕਦੇ ਹੋ ਅਤੇ ਇਨਵੈਟਰ 'ਚ ਵੀ ਬੈਟਰੀ 'ਚ ਮਤਲਬ ਅਤੇ ਹੁਣ ਆਪਾਂ ਪਹਿਲਾਂ ਲਾਵਾਂਗੇ ਪੋਚਾ ਪੋਚਾ ਲਾ ਕੇ ਫਿਰ ਮੈਂ ਮਾਰੂੰਗੀ ਕੱਪੜਾ ਹਾਂਜੀ ਕੱਪੜਾ ਵੀ ਆਪਾਂ ਨੇ ਮਾਰਤਾ ਸਾਰੇ ਕਿਤੇ ਬਿੱਟਾਂ ਦੀਆਂ ਢੂਹਾਂ ਅਤੇ ਹੋਰ ਸਾਰੇ ਅਤੇ ਮੈਟ ਵੀ ਵਿਛਾ ਤੇ ਪੋਚੇ ਵੀ ਲਾ ਤੇ ਰਸੋਈ 'ਚ ਵੀ ਲਾ ਤਾ ਅਤੇ ਇੱਧਰ ਵੀ ਸਾਰੇ ਵਧੀਆ ਬਣਾਤਾ
ਡਰਾਇੰਗ ਰੂਮ 'ਚ ਵੀ ਲਾਇਆ ਸੀ ਅਤੇ ਇੱਧਰ ਵੀ ਲਾਤਾ ਮੈਟ। ਮੈਂ ਥੋੜ੍ਹਾ ਜਿਹਾ ਪਿੱਛੇ ਤਾਂ ਵਿਛਾਇਆ ਸੀਗਾ, ਇਹ ਪਈ ਸੀ, ਮੈਂ ਕਿਹਾ ਮੈਨੂੰ ਉਠਾਉਂਦੀ ਨੀਗੀ। ਅਤੇ ਇੱਧਰੋਂ ਵੀ ਆਪਣਾ ਸਾਰਾ ਝਾੜ ਕੇ ਵਧੀਆ ਪੋਚਾ ਪੁੱਚਾ ਲਾਤਾ ਅਤੇ ਇੱਧਰੋਂ ਵੀ ਚੰਗੀ ਤਰ੍ਹਾਂ। ਜ਼ੁਕਾਮ ਨਾਲ ਨਾ ਇੰਨਾ ਬੁਰਾ ਹਾਲ ਹੋਇਆ ਪਿਆ ਗਾ, ਆਹ ਚੀਜ਼ਾਂ ਦੋਨੇ ਆਇਆ ਦੁਖੀ ਜਾਂਦੀਆਂ ਬਾਹਲੀ ਜ਼ਿਆਦਾ। ਅਤੇ ਨਵੀਂ ਦਾ ਵੀ ਟਾਈਮ ਹੋਣ ਵਾਲਾ ਗਾ ਅਤੇ ਨਵੀਂ ਦੇ ਡੈਡੀ ਕਹਿੰਦੇ ਚੱਲ ਮੈਂ ਲੈ ਆਉਂਦਾ, ਹੁਣੇ ਮੇਰੀ ਗੱਲ ਹੋਈ ਸੀਗੀ। ਅਤੇ ਉਹਨੇ ਮੈਂ 2 ਮਿੰਟ ਹਵਾ ਲੈਂਦੀ ਹੈਗੀ, ਸਿਮਲੋ ਸਿਮਲੀ ਹੋ ਗਈ, ਮੁਰਕਾ ਪੂੰਝ ਕੇ ਆਈ ਮੈਂ। ਅਤੇ ਫਿਰ ਮੈਂ ਬਣਾਉਂਗੀ ਚਾਹ, ਅਤੇ ਜੇ ਰੋਟੀ ਕਿਹਾ ਤਾਂ ਫਿਰ ਮੈਂ ਰੋਟੀ ਵੀ ਬਣਾ ਲੂੰਗੀ। ਡੈਡੀ ਨੇ ਕਿਵੇਂ ਸੀਗੇ ਚਾਲ ਤੇਰੇ, ਹੈਂ ਦੇਤੇ ਸੀ ਸਾਰੇ ਜਵਾਕਾਂ ਨੂੰ ਤੇਰੀਆਂ ਫਰੈਂਡਾਂ? ਠੀਕ ਹੈ, ਅੱਛਾ ਠੀਕ ਆ ਫਿਰ ਤਾਂ। ਗ੍ਰੇਸੀ ਕਿੱਥੇ ਜਾਣਾ ਤੂੰ, ਗੱਲ ਦੇਖੀ ਕਿਵੇਂ ਸੁਣ, ਬਾਹਰ ਜਾਣਾ ਗਾ, ਗੇੜਾ ਕੱਢ ਕੇ ਆਉਣਾ, ਹੈ ਗੇੜਾ ਕੱਢਣ ਜਾਣਾ, ਹੈ ਰੱਸੀ ਤਾਂ ਹੈ ਨਹੀਂ ਤੇਰੀ, ਰੱਸੀ ਕਿੱਥੇ ਤੇਰੀ, ਬਾਹਰ ਪਤਾ ਨਹੀਂ ਕੌਣ ਹੈ, ਹੈ ਨਾ ਦੇਖ ਕੇ ਬਾਹਲੀ ਸਿਆਣੀ ਬਣ ਜਾਂਦੀ ਹੈ, ਕੈਮਰੇ ਦੇ ਨੂੰ ਪਤਾ ਲੱਗ ਜਾਂਦਾ। ਤੇਰੀ ਵੀਡੀਓ ਨਹੀਂ ਬਣਾਉਂਦੀ ਮੈਂ, ਮੈਂ ਤਾਂ ਆਹ ਦੇਖਦੀ ਹਾਂ ਇਹਦੇ 'ਚ ਫੋਨ 'ਚ ਕੀ ਚੱਲੀ ਜਾਂਦਾ। ਡੈਡੀ ਨੂੰ ਪੁੱਛ ਲਾ ਕਿ ਡੈਡੀ ਚੱਲ ਗਏ, ਰੱਸੀ ਹੈਗੀ ਤੇਰੀ, ਰੱਸੀ ਕਿ ਡੈਡੀ ਚੱਲੀਏ, ਸਿਆਣਾ ਬਣ ਕੇ ਖਾਈ, ਸਿਆਣਾ ਤਾਂ ਬਣਦੀ ਨਹੀਂ ਇਹ ਰਹਿਣ ਦੇ ਨਾਂ ਲੈ ਕੇ ਜਾ, ਇੰਨਾ ਸਿਆਣਾ ਬਣ ਗਿਆ ਤੂੰ, ਦੇਖ ਲੋ ਦੇਖ ਲੋ ਨਵੀਂ ਕੰਮ ਕਰੀ ਜਾਂਦੀ ਹੈ ਸਕੂਲ ਦਾ। ਦੇਖੀ ਮਾੜਾ ਹੀ ਕੌਣ ਹੈ, ਠਹਿਰ ਜਾਓ ਤੁਸੀਂ, ਕੌਣ ਹੈ ਆਪਣਾ ਗੇਟ ਖੜਕਾਈ ਜਾਂਦੇ ਆ, ਠਹਿਰ ਜਾਓ ਤੁਸੀਂ, ਦੇਖ ਕੇ ਤਾਂ ਲੈ ਸਿਆਣੀ ਬਣ ਬਣ ਬੈਂਦੀ ਹੈ। ਦੇਖੀ ਡੈਡੀ ਲੈ ਕੇ ਜਾਊਗਾ, ਤੂੰ ਜਾਏਗਾ, ਰੱਸੀ ਤਾਂ ਹੈ ਨਹੀਂ ਤੇਰੀ, ਤੇ ਅਗਰੇਸੀ ਬਹਿ ਜਾ ਉਹਨੇ, ਤੇ ਡੈਡੀ ਕੰਮ ਕਰਦਾ ਇੱਕ, ਬਹਿ ਜਾ ਉਹਨੇ, ਫਿਰ ਇਹਨੂੰ ਲੈ ਕੇ ਨਹੀਂ ਜਾਇਓ, ਗੱਲ ਨਹੀਂ ਸੁਣਦੀ, ਜਦੋਂ ਸਿਆਣਾ ਬਣ ਜਾ। ਤੇ ਤੂੰ ਮੇਰੇ ਨਾਲ ਆ ਜਾ ਚੱਲੀਏ, ਮੇਰੀ ਗੱਲ ਸੁਣੀ, ਮੰਮਾ ਦੀ ਗੱਲ ਨਹੀਂ ਸੁਣਦਾ ਤੂੰ, ਮੰਮਾ ਜੀ ਨਹੀਂ ਗੱਲ ਸੁਣਦਾ, ਹੈ। ਹਾਂਜੀ ਭਾਂਡੇ ਮੈਂ ਧੋ ਗਈ ਸੀਗੀ, ਅਤੇ ਅੱਜ ਮੈਂ ਤਾਂ ਕੱਪੜੇ ਧੋਣ ਦਾ ਜੀ ਨਹੀਂ ਕਰਦਾ, ਭਾਂਡੇ ਮੈਂ ਸਾਰੇ ਮਾਂਜ ਗਈ। ਹੁਣ ਮੈਂ ਘਿਓ ਆ ਜਿਹੜਾ ਆਪਣਾ ਬਣ ਗਿਆ ਸੀਗਾ, ਸੂਪਾ ਬਣਾ ਕੇ ਗਈ ਸੀ, ਇਹ ਭੁੰਨ ਦੂੰਗੀ ਮੈਂ। ਲਾਈਟ ਨਹੀਂ ਹੈਗੀ ਤਾਂ ਮੈਂ ਲਾਈਟ ਬੰਦ ਕੀਤੀ ਸੀਗੀ। ਦੁਪਹਿਰ ਮੈਂ ਰੋਟੀ ਬਣਾਈ ਸੀਗੀ ਅਤੇ ਡੱਬਾ ਧੋਤਾ ਸੀਗਾ, ਤਾਂ ਕਰਕੇ ਫਿਰ ਮੈਂ ਭੁੰਨ ਇਹਦੇ 'ਤੇ ਰੱਖਤਾ। ਹਾਂਜੀ ਘਿਓ ਆਪਾਂ ਨੇ ਇਹਦੇ 'ਚ ਭੁੰਨ ਲਿਆ, ਅਤੇ ਆਹ ਵਾਲਾ ਇੰਨਾ ਕੁ ਰੋਟੀ ਚੋਪੜ ਲਾਂਗੇ ਅਤੇ ਦਾਲ ਦੂਲ 'ਚ ਪਾ ਲਾਂਗੇ। ਹਾਂਜੀ ਬੁਖਾਰ ਮੈਨੂੰ ਇੰਨਾ ਹੋਇਆ ਪਿਆ ਗਾ ਬਹੁਤ ਜ਼ਿਆਦਾ, ਨਵੀਂ ਦੇ ਡੈਡੀ ਨੂੰ ਵੀ ਹੋ ਗਿਆ ਬੁਖਾਰ, ਮੈਂ ਟੀਕਾ ਲਵਾ ਕੇ ਹਟ ਗਈ। ਮੈਨੂੰ ਲੱਗਦਾ ਨਾ ਬਾਹਰ ਏ ਸੀ ਠੀਕ ਕਰਨ ਵਾਲੇ ਆ ਗਏ, ਉਹ ਗੈਸ ਉੱਤਰਦੇ ਏ ਸੀ ਤਾਂ ਖਤਮ ਹੋ ਗਈ ਸੀਗੀ, ਅਤੇ ਅੱਜ ਮੈਨੂੰ ਜਵਾਕਾਂ ਦੀ ਬਾਹਲੀ ਯਾਦ ਆਈ ਜਾਂਦੀ ਹੈਗੀ, ਕਿਉਂਕਿ ਜਵਾਕ ਆਪਦੇ ਕੋਲ ਹੁੰਦੇ ਨਾ ਜਦੋਂ, ਅਤੇ ਫਿਰ ਘੱਟ ਬੰਦੇ ਨੂੰ ਤਕਲੀਫ ਲੱਗਦੀ ਹੈਗੀ, ਐਂ ਲੱਗਦੇ ਨਹੀਂ ਗਾ,
ਹਾਂਜੀ ਜਸ਼ਨ ਤੇ ਹਰਸ਼ ਦਾ ਮੈਂ ਤਾਂ ਕਹਿੰਦੀ ਸੀਗੀ, ਮੈਂ ਕਿਹਾ ਜਵਾਕ ਹੀ ਕੰਮ ਆਉਂਦੇ ਆ ਜਦੋਂ ਮਾਂ ਪਿਓ ਦਾ ਕੁਛ ਦੁੱਖ ਦਾ ਸੁੱਖ ਦਾ। ਚਲੋ ਫਿਰ ਨਹੀਂ ਅਗਲਾ ਕਿਹਦੀਆਂ ਮਿਹਨਤਾਂ ਕਰੇ ਹੈ ਨਾ, ਅਤੇ ਤਾਂ ਕਰਕੇ ਅਤੇ ਨਵੀਂ ਵਿਚਾਰੀ ਜਿੰਨਾ ਕੁ ਹੁੰਦਾ ਇਹ ਵੀ ਕਰੀ ਜਾਂਦੀ ਹੈਗੀ, ਲਸਣ ਛਿੱਲੀ ਜਾਂਦੀ ਹੈ, ਇਹਦੇ ਵੀ ਪੇਪਰ ਚੱਲੀ ਜਾਂਦੇ ਹੈਗੇ, ਅਤੇ ਇਹ ਪਹਿਲਾਂ ਪੜ੍ਹ ਕੇ ਹਟੀ ਹੈਗੀ। ਅਤੇ ਮੈਂ ਕਿਹਾ ਚੱਲ ਹੁਣੀ ਮੈਂ ਟੀਕਾ ਲਵਾਇਆ ਹੌਲੀ ਹੌਲੀ, ਚੱਲ ਉੱਠ ਕੇ ਕੰਮ ਕਰ ਲਊ। ਨਵੀਂ ਦੇ ਡੈਡੀ ਨੂੰ ਵੀ ਬੁਖਾਰ ਹੋਇਆ ਪਿਆ, ਉਹ ਵੀ ਵਿਚਾਰਾ ਐਂ ਤੁਰਿਆ ਫਿਰਦਾ ਹੈਗਾ ਕੰਮ ਕਰਦਾ ਆਪਦਾ। ਚਲੋ ਰੋਟੀ ਪਾਣੀ ਤਾਂ ਬਣਾਉਣਾ ਪਊ, ਤਾਂ ਕਰਕੇ ਅੱਜ ਮੈਨੂੰ ਬਾਹਲਾ ਇੰਜ ਲੱਗੀ ਜਾਂਦਾ ਸੀਗਾ ਵੀ ਜਵਾਕ ਕੋਲ ਹੋਣ, ਰਾਤ ਬਰਾਤੇ ਲੋੜ ਪੈ ਜੇ ਹੈ ਨਾ ਬੰਦੇ ਨੂੰ, ਤਾਂ ਉਹ ਜਵਾਕ ਆਪੇ ਇੰਤਜ਼ਾਮ ਕਰਦੇ ਹੈਗੇ, ਕੋਈ ਦਵਾਈ ਬੂਟੀ ਦਵਾਉਂਦੇ ਮਾਂ ਪਿਓ ਨੂੰ। ਅਤੇ ਚਲੋ ਫਿਰ ਵੀ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਰੱਖੇ ਬੈਗ ਨੂੰ, ਅਤੇ ਐਡੀ ਦੂਰ ਬੈਠੇ ਹੈਗੇ ਬਸ ਅਸਤੇ ਹੀ ਸੁੱਖ ਸੁੱਖ ਦੇਗੇ, ਪਰਮਾਤਮਾ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਦੇਵੇ ਉਹਨਾਂ ਨੂੰ। ਅਤੇ ਚਲੋ ਬੁਖਾਰ ਦੀ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ, ਲੈ ਜੂਗਾ ਆ ਮੈਨੂੰ 2-3 ਦਿਨ ਹੋ ਗਏ ਜ਼ੁਕਾਮ ਨਾਲ ਹੀ ਉਹ ਪਿਆ ਗਲੇ ਨਾਲ ਬੁਖਾਰ। ਹਾਂਜੀ ਇੱਕ ਤਾਂ ਲਾਈਟ ਹੈ ਨਹੀਂ ਗੀ, ਕੱਪੜੇ ਵੀ ਨਹੀਂ ਮੇਰੇ ਤੋਂ ਧੋਤੇ ਗਏ, ਬੁਖਾਰ ਹੋਇਆ ਪਿਆ, ਅੱਖਾਂ ਮੇਰੀਆਂ ਇੰਨੀਆਂ ਮੱਚੀ ਜਾਂਦੀਆਂ ਹੈਗੀਆਂ, ਅਤੇ ਹੁਣ ਮੈਂ ਦੁਬਾਰੀ ਹੋਰ ਦਵਾਈ ਲੈਣੀ ਪਊਗੀ ਮੈਨੂੰ। ਅਤੇ ਹੁਣ ਮੈਂ ਵੀਡੀਓ ਹੋਰ ਨਹੀਂ ਬਣਾਉਂਦੀ ਗੀ, ਬਾਹਰ ਖੜਕਾ ਹੁਣ ਆਪਾਂ ਹੋਰ ਵੀਡੀਓ ਨਹੀਂ ਬਣਾਉਂਦੇ ਗੇ, ਅਤੇ ਵੀਡੀਓ ਦੇ ਕਰਾਂਗੇ ਸਮਾਪਤੀ। ਮਿਲਦੇ ਹਾਂ ਇੱਕ ਨਵੀਂ ਹੋਰ ਵੀਡੀਓ ਦੇ ਨਾਲ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ, ਧੰਨਵਾਦ।